ਹਾਂਜੀ ਭਾਅ ਜੀ, ਕੀ ਨਾਮ ਹੈ, ਕੀ ਘਟਨਾ ਹੋਈ ਹੈ ਤੁਹਾਡੇ ਨਾਲ? ਮੇਰਾ ਨਾਮ ਜਸਦੇਵ ਹੈ ਜੀ। ਕੱਲ ਮੈਂ ਅੰਮ੍ਰਿਤਸਰ ਤੋਂ ਲਾਸਟ ਟਾਈਮ ਚੱਲਿਆ ਸੀਗਾ 7:50 ਤੇ, ਉੱਥੋਂ ਚਾਰ ਮੁੰਡੇ ਚੜ੍ਹੇ, ਉਹਨਾਂ ਨੇ ਬਠਿੰਡੇ ਦੀਆਂ ਟਿਕਟਾਂ ਲੈ ਲਈਆਂ ਗੋਨਿਆਣੇ ਤੋਂ, 1 ਕਿਲੋਮੀਟਰ ਪਿੱਛੇ ਆਪਣੇ ਢਾਬੇ ਜੇ ਦੇ ਕੋਲੇ, ਉਹ ਸੈਲਰਾਂ ਜਾਂ ਦੇ ਕੋਲੇ। ਸਾਡਾ ਤਾਂ ਦੋਨਾਂ ਦਾ ਧਿਆਨ ਹੀ ਅੱਗੇ ਸੀਗਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਸੀ, ਗੱਡੀ ਸਲੋ ਆ ਰਹੀ ਸੀ, 40-50 ਦੀ ਸਪੀਡ 'ਤੇ ਆ ਰਹੀ ਸੀਗੀ। ਉਦੋਂ ਬਾਅਦ ਉਹਨਾਂ ਨੇ ਆ ਕੇ ਮੇਰਾ ਗਲ ਇੱਕ ਹੱਥ ਨਾਲ ਗਲ ਫੜ ਲਿਆ, ਦੂਜੇ ਹੱਥ ਨਾਲ ਮੇਰੇ ਇੱਥੇ ਕੋਈ ਤੇਜ਼ਧਾਰ ਹਥਿਆਰ ਲਾ ਲਿਆ। ਉਦੋਂ ਬਾਅਦ ਮੈਂ ਜਦੋਂ ਐਂ ਪਿੱਛੇ ਦੇਖਣ ਲੱਗਿਆ, ਮੇਰਾ ਝੋਲਾ ਬਾਂਹ 'ਚੋਂ ਥੱਲੇ ਨਿਕਲ ਗਿਆ ਅਤੇ ਉਹਨਾਂ ਨੇ ਮੇਰੀ ਬਾਂਹ ਮੋੜ ਕੇ ਬਸ ਥੈਲਾ ਖੋਲਿਆ। ਬਸ ਫਿਰ ਕੀ, ਵਿਧ ਮਸ਼ੀਨ ਲੈ ਕੇ ਭੱਜ ਗਏ। ਕਿੰਨੇ ਕੁ ਪੈਸੇ ਦੀ ਲੁੱਟ ਹੋਈ ਹੈ, ਕਿੰਨੇ ਜਾਣੇ ਸੀਗੇ, ਕਿਹੇ ਜਾਣੇ? ਪੈਸੇ ਤਾਂ ਮਸ਼ੀਨ ਲੁੱਟ ਤਾਂ ਮਸ਼ੀਨ ਦੇ ਅਕੋਰਡਿੰਗ ਪਤਾ ਲੱਗੂਗਾ, ਪਰ ਊਂ ਤਕਰੀਬਨ 9,000 ਰੁਪਏ ਦੇ ਲੇਵੇ ਮੈਂ ਨਗਦ ਪੈਸੇ ਵੜਦਾ ਲੇ। ਜਿਹੜੀਆਂ ਬੁੜੀਆਂ ਦੀਆਂ ਟਿਕਟਾਂ ਉਹ ਵੱਖਰੀਆਂ। ਅੱਛਾ, ਹੋਰ ਕੀ ਸੀ ਬੈਗ ਦੇ ਵਿੱਚ ਤੁਹਾਡੇ? ਬੈਗ ਦੇ ਵਿੱਚ ਤਾਂ ਮੇਰਾ ਪਰਸ ਸੀਗਾ ਬਸ, ਉਹਦੇ ਵਿੱਚ ਨਿੱਜੀ ਮੇਰੇ 5,000 ਰੁਪਏ ਦੇ ਕਰੀਬ ਪੈਸੇ ਸੀਗੇ ਅਤੇ ATM ਸੀਗਾ, ਆਧਾਰ ਕਾਰਡ ਵਗੈਰਾ, ਆਈ ਕਾਰਡ ਸੀਗਾ ਡਿਪਾਰਟਮੈਂਟ ਦਾ। ਤੇ ਉਹ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ? ਹਾਂ, ਉਦੋਂ ਬਾਅਦ ਅਸੀਂ ਨਈਆਂ ਵਾਲੇ ਥਾਣੇ 'ਚ ਆਏ, ਨਈਆਂ ਵਾਲੇ ਥਾਣੇ 'ਚ ਆ ਕੇ ਪੁਲਿਸ ਨੂੰ ਸੂਚਿਤ ਕੀਤਾ। ਉਹਨਾਂ ਨੇ ਇੱਕ ਕੱਚੀ ਦਰਖਾਸਤ ਲਿਖ ਲਈ ਆ, ਉਦੋਂ ਬਾਅਦ ਹੁਣ ਅਸੀਂ ਜਾ ਕੇ ਪੱਕੀ ਦਰਖਾਸਤ FIR ਦਰਜ ਕਰਾ। ਇਹ ਰਾਤ ਕਿੰਨੇ ਕੁ ਵਜੇ ਦੀ ਘਟਨਾ? ਇਹ ਰਾਤ ਤਕਰੀਬਨ 12 ਵਜੇ ਦੀ ਘਟਨਾ ਜੀ। ਮਤਲਬ ਤੁਸੀਂ ਲਾਸਟ ਟਾਈਮ ਲੈ ਕੇ ਆ ਰਹੇ? ਹਾਂਜੀ, 7:50 ਲਾਸਟ ਟਾਈਮ ਆਏਗੀ ਜੀ। ਉੱਥੋਂ ਅੰਮ੍ਰਿਤਸਰ ਤੋਂ 7:50 ਚੱਲ ਕੇ ਆਉਂਦੇ ਹਾਂ, ਵੀ ਤਕਰੀਬਨ 12 ਵਜੇ ਅਸੀਂ ਗੋਨਿਆਣੇ ਪਹੁੰਚਦੇ ਹਾਂ ਜੀ। ਅੱਛਾ, ਕਿੰਨੀਆਂ ਕੁ ਸਵਾਰੀਆਂ ਉਸ ਟਾਈਮ? ਸਵਾਰੀਆਂ ਜੀ 2-3 ਸਵਾਰੀਆਂ ਹੁੰਦੀਆਂ, ਉਹ ਸੁੱਤੀਆਂ ਪਈਆਂ ਹੁੰਦੀਆਂ ਜੀ। ਰਾਤ ਨੂੰ 12 ਵਜੇ ਕੌਣ ਜਾਗਦਾ ਹੁੰਦਾ ਜੀ, ਉਹਨਾਂ ਨੇ ਇਸੇ ਦਾ ਹੀ ਫਾਇਦਾ ਚੱਕ ਲਿਆ ਜੀ ਬਸ। ਕਿੱਡੀ ਕੁ ਉਮਰ ਦੇ ਲੋਕ ਸੀਗੇ? ਉਹਨਾਂ ਦੀ ਉਮਰ ਜੀ 25-30 ਸਾਲ ਦੇ ਕਰੀਬ ਉਮਰ ਹੈਗੀ ਤੇ 5 ਫੁੱਟ ਤੇ 7 ਇੰਚ ਦੇ ਕੱਦ ਆ ਜੀ। ਅੱਛਾ, ਤੁਸੀਂ ਚਾਰਾਂ ਨੂੰ ਮਤਲਬ ਦੇਖਿਆ ਚੰਗੀ ਤਰ੍ਹਾਂ? ਹਾਂ, ਚੰਗੀ ਤਰ੍ਹਾਂ ਜੋ ਟਿਕਟਾਂ ਹੀ ਮੈਂ ਕੱਟੀਆਂ ਜੀ ਉਹਨਾਂ ਦੀਆਂ। ਨਹੀਂ, ਤੁਹਾਨੂੰ ਇਹ ਲੱਗਦਾ ਵੀ ਜਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਰਾਤ ਨੂੰ ਲੁੱਟ ਹੋ ਰਹੀ ਹੈ ਤਾਂ ਸੇਫ ਆ ਤੁਸੀਂ? ਆਉਣ ਤੁਹਾਡੇ ਬਾਕੀ ਦੇ ਮੁਲਾਜ਼ਮ ਵੀ ਤਾਂ ਆਉਂਦੇ ਜਾਂਦੇ ਨੇ ਰਾਤ ਨੂੰ ਜਿਹੜੇ ਨੇ ਬੱਸਾਂ ਲੈ ਕੇ? ਕੋਈ ਸੇਫਟੀ ਤਾਂ ਹੁਣ ਇਹ 'ਚ ਕੀ ਸੇਫਟੀ ਆ ਜੀ? ਅਸਲ ਉਹ ਤਾਂ ਇੱਕ ਸਵਾਰੀਆਂ ਨੇ, ਸਵਾਰੀਆਂ ਦਾ ਮੂਡ ਬਦਲ ਜੇ ਉਹ 'ਤੇ ਕੀ ਸੇਫਟੀ ਆ ਜੀ? ਮਤਲਬ ਸਵਾਰੀਆਂ ਦੇ ਉਸ ਦੇ ਵਿੱਚ? ਹਾਂ, ਉਹਨਾਂ ਦੇ ਭੇਸ 'ਚ ਲੁਟੇਰੇ ਬੈਠੇ ਸੀਗੇ ਜੀ। ਕੀ ਮੰਗ ਕੀ ਕਰਦੇ ਹੋ? ਮੰਗ ਤਾਂ ਬਸ ਇਹੀ ਹੈ ਜੀ ਵੀ ਬਣਦੀ ਕਾਰਵਾਈ ਕੀਤੀ ਜਾਵੇ ਜੀ, ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਖਤ ਕਾਰਵਾਈ, ਹਾਂਜੀ। ਤੇ ਤੁਸੀਂ ਆਪਦੇ ਦਫ਼ਤਰਾਂ ਨੂੰ ਜਿਹੜੀ ਹੈ? ਹਾਂ, ਉਹਨਾਂ ਨੂੰ ਸੂਚਿਤ ਕਰਤਾ ਜੀ ਸਾਰੇ। ਕੀ ਕਹਿੰਦੇ ਨੇ ਤੁਹਾਡੇ GM ਸਾਹਿਬ? ਉਹਨਾਂ ਨੇ ਕਿਹਾ ਵੀ ਕੋਈ ਕਾਰਵਾਈ ਬਸ ਦੇਖਦੇ ਹਾਂ ਜੀ ਕੀ ਬਣਦਾ ਜੀ। ਹਾਂਜੀ ਹਾਂਜੀ, ਕੀ ਨਾਮ ਹੈ ਤੁਹਾਡਾ, ਕੀ ਘਟਨਾ ਵਾਪਰੀ ਹੈ ਤੁਹਾਡਾ? ਮੇਰਾ ਨਾਮ ਧਰਮਵੀਰ ਸਿੰਘ ਹੈ ਜੀ, ਡਰਾਈਵਰ ਨੰਬਰ CVK 558 ਬਠਿੰਡਾ ਡਿਪੂ ਜੀ। ਰਾਤ ਸਾਡੇ ਨਾਲ ਮਤਲਬ ਅਸੀਂ ਅੰਮ੍ਰਿਤਸਰ ਤੋਂ 7:50 ਤੇ ਚੱਲੇ ਹਾਂ ਜੀ, ਤੇ ਤਕਰੀਬਨ 12:15 ਵਜੇ ਆ ਕੇ ਜੈਤੋਂ ਤੋਂ ਅੱਗੇ ਗੋਨਿਆਣ ਦੇ ਤੋਂ 2 ਕਿਲੋਮੀਟਰ ਪਿੱਛੇ ਸਾਡੀ ਗੱਡੀ ਲੁੱਟੀ ਗਈ ਹੈ। ਮਤਲਬ ਸਵਾਰੀਆਂ ਦੇ ਰੂਪ ਦੇ ਵਿੱਚ ਲੁਟੇਰੇ ਸੀਗੇ। ਕੀ ਕੁਛ ਲੈ ਗਏ ਤੁਹਾਡੇ ਨਾਲ, ਕੀ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੇ? ਘਟਨਾ ਨੂੰ ਅੰਜਾਮ ਮੈਂ ਆਪਣਾ ਧੁੰਦ ਬਹੁਤ ਜ਼ਿਆਦਾ ਸੀਗੀ, ਕਨੈਕਟਰ ਮੇਰਾ ਸਾਥ ਦੇ ਰਿਹਾ ਸੀਗਾ, ਕਦੀ ਸੀਸਾ ਸਾਫ਼ ਕਰਦਾ ਸੀਗਾ, ਕਦੀ ਸਾਈਡ ਦੱਸਦਾ ਸੀਗਾ ਜੀ, ਅੱਗੇ ਬੈਠਾ ਸੀ ਮੇਰੇ ਬਰਾਬਰੀ ਜੀ। ਤੇ ਮਤਲਬ ਜਦੋਂ ਵੀ ਅਸੀਂ ਤਾਂ ਆਪਦੀ ਰੋਡ ਦੇ ਵਿੱਚ ਧਿਆਨ ਸੀਗਾ ਸਾਡਾ, ਕੋਈ ਨਹੀਂ ਹੈਗਾ ਵੀ ਮਤਲਬ ਸਵਾਰੀ ਵੀ ਕਿਵੇਂ ਵੀ ਸਾਡੇ ਵੱਲ ਆ ਰਹੀ ਜਾਂ ਕੋਈ ਗੱਲਬਾਤ ਜੀ। ਤੇ ਉਹਨਾਂ ਨੇ ਬਸ ਇੱਕੋ ਦਾ ਵੀ ਹਮਲਾ ਬੋਲਤਾ ਜੀ ਸਾਨੂੰ, 4-5 ਸਵਾਰੀਆਂ ਸੀਗੀਆਂ, ਵਿੱਚੋਂ 2-3 ਸਵਾਰੀਆਂ ਸੁੱਤੀਆਂ ਪਈਆਂ ਸੀਗੀਆਂ, ਤੇ ਆ ਕੇ ਬਸ ਉਹਨਾਂ ਨੇ ਹਮਲਾ ਹੀ ਬੋਲਤਾ ਜੀ। ਮਤਲਬ ਇਹਨੂੰ ਨੱਪ ਲਿਆ, ਦੋਜਿਆਂ ਨੇ, ਇੱਕ ਇਹਨਾਂ ਸਵਾਰੀਆਂ ਨੇ ਕੋਈ ਹਥਿਆਰ ਲੈ ਕੇ ਖੜ ਗਈ, ਇੱਕ ਨੇ ਮੇਰੇ ਇੱਥੇ ਰੱਖ ਲਈ ਗਰਦਨ ਤੇ। ਕਿੰਨੇ ਕੁ ਪੈਸਿਆਂ ਦੀ ਲੁੱਟ ਹੋਈ ਹੈ, ਕੀ ਕੁਛ ਤੁਹਾਡਾ ਲੈ ਗਏ ਨੇ, ਤੇ ਉਦੋਂ ਬਾਅਦ ਕਿੱਥੇ ਗਏ ਉਹ? ਉਹ ਕਨੈਕਟਰ ਦਾ ਕੈਸ਼ ਬੈਗ ਜੀ, ਤੇ ਟਿਕਟ ਮਸ਼ੀਨ, ਤੇ ਬਾਕੀ ਇਹਦੇ ਵਿੱਚ
ਕੈਸ਼ ਬੈਗ ਦੇ ਵਿੱਚ ਪਰਸਨਲ ਪਰਸ ਸੀਗਾ ਜੀ, ਉਹ ਲੈ ਗਏ ਜੀ। ਤੇ ਫਰਾਰ ਹੋ ਗਏ? ਉਹ ਫਰਾਰ ਹੋ ਗਏ ਜਦੋਂ ਗੱਡੀ ਮੰਨ ਲਓ ਵੀ 40-50 ਦੀ ਸਪੀਡ ਤੇ ਸੀਗੀ ਜਦੋਂ ਅਸੀਂ ਆ ਰਹੇ ਸੀਗੇ, ਧੁੰਦ ਦੇ ਕਾਰਨ ਗੱਡੀ ਹੌਲੀ ਆ ਰਹੀ ਸੀ। ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਗੱਡੀ ਰੋਕ ਗੱਡੀ ਰੋਕ, ਤੇ ਮੈਂ ਗੱਡੀ ਮਤਲਬ 2 ਕਿਲੋਮੀਟਰ ਤੱਕ ਅੱਗੇ ਲਈ ਗਈ ਕਰਦੇ ਕਰਾਉਂਦੇ। ਮੁੜ ਕੇ ਜਦੋਂ ਉਹਨੇ ਮੇਰੇ ਇੱਥੇ ਗਰਦਨ ਤੇ ਕੋਈ ਤੇਜ਼ ਧਾਰ ਹਥਿਆਰ ਰੱਖਿਆ ਜੀ, ਮੈਨੂੰ ਕਹਿੰਦਾ ਗੱਡੀ ਰੋਕ। ਮੈਂ ਗੱਡੀ ਵਾਲੇ ਸਲੋ ਹੀ ਕੀਤੀ, ਚੱਲਦੀ ਗੱਡੀ ਤੋਂ 20 ਦੀ ਸਪੀਡ ਤੇ ਹੋਣੀ ਗੱਡੀ, ਉਹ ਚੱਲਦੀ ਗੱਡੀ ਤੋਂ ਸਾਲਾਂ ਭੱਜ ਗਈ ਖੇਤਾਂ ਵਿੱਚ ਵੜ ਗਈ। ਕੀ ਮੰਗ ਕਰਦੇ? ਮੰਗ ਕਰਦੇ ਸੁਰੱਖਿਆ ਹੋਣੀ ਚਾਹੀਦੀ, ਸੁਰੱਖਿਆ ਯਕੀਨੀ ਬਣਾਈ ਜਾਵੇ ਜੀ, ਇਹ ਜਿਹੜਾ ਹੋ ਰਿਹਾ ਬਹੁਤ ਗਲਤ ਹੋ ਰਿਹਾ। ਕਿੰਨੇ ਵਜੇ ਜੇ ਬੱਸ ਦੇ ਵਿੱਚ ਸੇਫ ਨਹੀਂ ਹੈਗੇ, ਸਵਾਰੀਆਂ ਦੀ ਵੀ ਹੋ ਸਕਦੀ ਹੈ, ਸਾਡੀ ਹੋਈ ਤਾਂ ਸਵਾਰੀਆਂ ਨੂੰ ਹੋ ਸਕਦਾ, ਇਹ ਸੇਫਟੀ ਜ਼ਰੂਰੀ ਹੈ ਜੀ। ਕਿੰਨੇ ਵਜੇ ਤੁਸੀਂ ਚੱਲਦੇ ਹੋ, ਕਿੰਨੇ ਵਜੇ ਇੱਥੇ ਪਹੁੰਚਣਾ ਸੀਗਾ? ਅਸੀਂ ਉੱਥੋਂ 7:50 ਚੱਲਦੇ ਹਾਂ ਅੰਮ੍ਰਿਤਸਰ ਤੋਂ, ਇੱਥੇ ਤਕਰੀਬਨ ਵੈਸੇ ਤਾਂ 12:30-12 ਪਹੁੰਚ ਜਾਂਦੀ, ਧੁੰਦ ਦੇ ਕਾਰਨ ਗੱਡੀ ਲੇਟ ਸੀਗੀ 1/2 ਘੰਟਾ ਜੀ, ਅਸੀਂ ਮੰਨ ਲਓ ਵੀ 12:15 ਦੇ ਵਿੱਚ ਤਕਰੀਬਨ ਉੱਥੇ ਸੀਗੀ ਇਸ ਟਾਈਮ।